ਸਾਡੀ ਕਲਾਸ ਦੇ ਮੁੰਡਿਆਂ ਦੀਆਂ ਵੱਖੋ ਵੱਖਰੇ ਕੰਮ ਕਰਨ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਨ। ਕੁਝ ਮੁੰਡੇ ਕਮਰੇ ਦੀ ਸਫਾਈ ਕਰਦੇ, ਕੁਝ ਬੋਰਡ 'ਤੇ ਹਾਜ਼ਰੀ ਲਾਉਂਦੇ, ਅੱਜ ਦਾ ਵਿਚਾਰ ਲਿਖਦੇ, ਖਬਰਾਂ ਲਿਖਦੇ ਸਨ, ਕੁਝ ਪ੍ਰਾਰਥਨਾ 'ਚ ਸਪੀਕਰ ਚੁੱਕ ਲੈਂਦੇ ਅਤੇ ਤਾਰਾਂ ਜੋੜਦੇ ਸਨ। ਕੁਝ ਮੁੰਡੇ ਅਧਿਆਪਕਾਂ ਦੀ ਰੋਟੀ ਗਰਮ ਕਰਦੇ ਅਤੇ ਚਾਹ ਬਣਾਉਂਦੇ ਸਨ। ਪਿੰਡਾਂ ਦੇ ਬੱਚੇ ਅਧਿਆਪਕਾਂ ਲਈ ਨਿੰਮ ਜਾਂ ਕਿੱਕਰ ਦੀਆਂ ਦਾਤਣਾਂ ਵੀ ਲੈ ਕੇ ਆਉਂਦੇ ਸਨ। ਇਸੇ ਲੜੀ ਵਿੱਚ ਇੱਕ ਦਿਨ ਮੇਰੀ ਅਤੇ ਮੱਕੂ ਦੀ ਵਾਰੀ ਅਧਿਆਪਕਾਂ ਦੀ ਰੋਟੀ ਗਰਮ ਕਰਨ ਦੀ ਸੀ। ਰੋਟੀਆਂ ਗਰਮ ਕਰਨ ਦੀ ਵਾਰੀ ਨੂੰ ਸਾਡੀ ਕਲਾਸ ਦੇ ਮੁੰਡੇ ਪਸੰਦ ਕਰਦੇ ਸਨ। ਇਸ ਦਾ ਕਾਰਨ ਇਹ ਸੀ, ਅਧਿਆਪਕ ਦਿਆ ਸਾਗਰ ਹੋਰਾਂ ਦੀ ਅਲਮਾਰੀ ਖੋਲ੍ਹ ਕੇ ਮੁੰਡੇ ਚੀਨੀ ਦੇ ਫੱਕੇ ਮਾਰਦੇ ਹੁੰਦੇ ਸਨ। ਕੱਚ ਦੀ ਰੂੰ ਵਾਲੀ ਸ਼ੀਸ਼ੀ 'ਚੋਂ ਸੁਆਲੀਨ ਦੀਆਂ ਗੋਲੀਆਂ ਕੱਢ ਕੇ ਖਾਂਦੇ। ਅਸੀਂ ਡੱਬਿਆਂ 'ਚੋਂ ਕੱਢ ਕੇ ਰੋਟੀ, ਦਾਲ, ਸਬਜ਼ੀ ਅਤੇ ਵੱਡੇ ਡੱਬੇ ਸਟੋਰ ਨੇੜੇ ਰੱਖ ਲਏ ਸਨ। ਪਹਿਲਾਂ ਦਾਲ ਸਬਜ਼ੀਆਂ ਗਰਮ ਕੀਤੀਆਂ, ਫਿਰ ਰੋਟੀਆਂ ਸੇਕੀਆਂ। ਮਾਸਟਰ ਦਿਆ ਸਾਗਰ ਦੇ ਇੱਕ ਡੱਬੇ ਵਿੱਚ ਚਿੱਟਾ ਤਰਲ ਸੀ। ਪਤਾ ਨਹੀਂ ਸੀ ਕਿ ਇਹ ਦਹੀਂ ਸੀ ਜਾਂ ਖੀਰ। ਮੈਂ ਦੁਚਿੱਤੀ ਵਿੱਚ ਪੈ ਗਿਆ, ਇਹ ਦਹੀਂ ਨਹੀਂ ਲੱਗਦੀ, ਖੀਰ ਹੈ, ਰੱਖ ਦੇ ਸਟੋਵ 'ਤੇ, ਮੱਕੂ ਨੇ ਪੂਰੇ ਯਕੀਨ ਨਾਲ ਕਿਹਾ। ਨਹੀਂ ਮੱਕੂ, ਕਿਤੇ ਕੰਮ ਨਾ ਵਿਗੜ ਜਾਵੇ, ਮੈਂ ਚਿੰਤਾ ਜਤਾਈ, ਫਿਰ ਚੱਟ ਕੇ ਦੇਖ ਲੈ, ਮੱਕੂ ਨੇ ਸਲਾਹ ਦਿੱਤੀ। ਝੂਠੀ ਹੋ ਜਾਊਗੀ, ਮੈਂ ਡਰ ਜ਼ਾਹਰ ਕੀਤਾ। ਚੱਲ ਫਿਰ ਲੈ ਬਾਬੇ ਦਾ ਨਾਂ, ਰੱਖ ਦੇ ਸਟੋਵ 'ਤੇ, ਮੱਕੂ ਨੇ ਹੱਲਾਸ਼ੇਰੀ ਦਿੱਤੀ। ਮੈਂ ਜੱਕੋ ਤੱਕੀ ਜਿਹੀ ਵਿੱਚ ਚਿੱਟੇ ਤਰਲ ਵਾਲਾ ਡੱਬਾ ਸਟੋਵ ਦੀ ਲੜ 'ਤੇ ਰੱਖ ਦਿੱਤਾ। ਤਰਲ ਪਦਾਰਥ ਮਿੰਟਾਂ ਵਿੱਚ ਉਬਾਲਾ ਖਾ ਗਿਆ। ਅਸੀਂ ਦਾਲ, ਸਬਜ਼ੀ, ਰੋਟੀਆਂ, ਚਿੱਟੇ ਤਰਲ ਵਾਲਾ ਡੱਬਾ, ਪਾਣੀ ਦਾ ਜੱਗ ਮੇਜ਼ 'ਤੇ ਰੱਖ ਆਏ ਸਾਂ। ਅਧਿਆਪਕ ਇੱਕ ਇੱਕ ਕਰਕੇ ਉੱਥੇ ਆ ਗਏ। ਉਹ ਖਾਣਾ ਖਾਣ ਲੱਗ ਪਏ। ਉਹ ਇੱਕ ਦੂਜੇ ਨਾਲ ਦਾਲ, ਸਬਜ਼ੀ, ਅਚਾਰ, ਚਟਣੀ ਆਦਿ ਸਾਂਝੀ ਕਰ ਰਹੇ ਸਨ। ਮੈਂ ਅਤੇ ਮੱਕੂ ਕਮਰੇ ਦੀ ਬਾਰੀ 'ਚੋਂ ਉਹਨਾਂ ਵੱਲ ਦੇਖੀ ਜਾਂਦੇ ਸਾਂ। ਵੇਂਦਿਆਂ ਵੇਂਦਿਆਂ ਮਾਸਟਰ ਦਿਆ ਸਾਗਰ ਨੇ ਨੱਕ ਉੱਪਰ ਰੁਮਾਲ ਰੱਖਦਿਆਂ ਦੂਜੇ ਅਧਿਆਪਕ ਬਲਦੇਵ ਕ੍ਰਿਸ਼ਨ ਨੂੰ ਕਿਹਾ, ਕੁਝ ਸੜਿਆ ਲੱਗਦਾ। ਹਾਂ, ਕਿਸੇ ਡੱਬੇ ਵਿੱਚੋਂ ਸੜਨ ਦੀ ਗੰਧ ਆ ਰਹੀ ਹੈ। ਬਲਦੇਵ ਕ੍ਰਿਸ਼ਨ ਨੇ ਹਾਮੀ ਭਰੀ। ਦਹੀਂ ਵਾਲੇ ਡੱਬੇ 'ਚੋਂ ਰੋਟੀ ਦੀ ਬੁਰਕੀ ਡਬੋ ਕੇ ਜਦੋਂ ਮਾਸਟਰ ਦਿਆ ਸਾਗਰ ਨੇ ਮੂੰਹ 'ਤੇ ਧਰੀ ਤਾਂ ਉਹ ਤਾਂ ਥੂ ਥੂ ਕਰਨ ਲੱਗਾ। ਯਾਰ, ਜਵਾਕਾਂ ਨੇ ਤਾਂ ਦਹੀਂ 'ਚੋਂ ਵੀ ਧੂੰਆਂ ਕੱਢ ਦਿੱਤਾ। ਦਿਆ ਸਾਗਰ ਦੁਖੀ ਮਨ ਨਾਲ ਬੋਲਿਆ, ਓਏ ਮੁੰਡਿਓ, ਅੱਜ ਰੋਟੀ ਦੀ ਵਾਰੀ ਵਾਲਿਆਂ ਨੂੰ ਬੁਲਾ ਕੇ ਲਿਆਓ। ਦਿਆ ਸਾਗਰ ਨੇ ਸਾਹਮਣੇ ਖੜ੍ਹੇ ਅਤੇ ਬੈਠੇ ਮੁੰਡਿਆਂ ਨੂੰ ਕਿਹਾ, ਜਵਾਕ ਮੈਨੂੰ ਅਤੇ ਮੱਕੂ ਨੂੰ ਮਾਸਟਰ ਦਿਆ ਸਾਗਰ ਕੋਲ ਲੈ ਗਏ। ਅਸੀਂ ਕੰਬ ਗਏ। ਇੰਨਾ ਡਰ ਤਾਂ ਸ਼ਾਇਦ ਕਿਸੇ ਨੂੰ ਅਦਾਲਤ ਦੀ ਪੇਸ਼ੀ ਮੌਕੇ ਵੀ ਨਾ ਲੱਗਦਾ ਹੋਣਾ। ਓਏ ਮੂਰਖੋ, ਦਹੀਂ ਵੀ ਕਦੇ ਗਰਮ ਕੀਤੀ ਹੈ ਕਿਸੇ ਨੇ? ਦਿਆ ਸਾਗਰ ਨੇ ਸਾਨੂੰ ਸਵਾਲ ਕੀਤਾ। ਅਸੀਂ ਤਾਂ ਡੁੰਨ ਵੱਟੇ ਬਣ ਕੇ ਖਲੋਤੇ ਸਾਂ, ਕੁਝ ਬੋਲੇ ਕੁਝ ਵੀ ਨਹੀਂ। ਦਿਆ ਸਾਗਰ ਚੀਕਿਆ, ਮੱਕੂ ਕਹਿੰਦਾ ਸੀ ਇਹ ਦਹੀਂ ਨਹੀਂ, ਇਹ ਖੀਰ ਹੈ। ਮੈਨੂੰ ਚੱਟ ਕੇ ਦੇਖਣ ਨੂੰ ਵੀ ਕਹਿੰਦਾ ਸੀ, ਮੈਂ ਕਹਿ ਦਿੱਤਾ। ਮੱਕੂ ਤਾਂ ਨੀਵੀਂ ਪਾਈ ਖੜਾ ਸੀ। ਕਿਉਂ ਮੱਕੂ, ਤੈਨੂੰ ਇਹ ਖੀਰ ਦਿਸਦੀ ਹੈ? ਦਿਆ ਸਾਗਰ ਮੱਕੂ 'ਤੇ ਗੜਕਿਆ, ਗਲਤੀ ਹੋ ਗਈ ਸਰ, ਅੱਗਾਂ ਤੋਂ ਨਹੀਂ ਕਰਾਂਗੇ। ਅਸੀਂ ਦੋਵਾਂ ਨੇ ਲੈਣ ਲਈ ਕੱਢੀ, ਜੇ ਤੁਹਾਨੂੰ ਪਤਾ ਨਹੀਂ ਲੱਗਦਾ ਸੀ ਤਾਂ ਮੈਨੂੰ ਪੁੱਛ ਲੈਂਦੇ। ਰੋਟੀ ਖਾਣ ਦਾ ਮਜ਼ਾ ਹੀ ਕਿਰਕਰਾ ਕਰ ਦਿੱਤਾ, ਦਿਆ ਸਾਗਰ ਨੇ ਲੰਮਾ ਸਾਹ ਭਰਦਿਆਂ ਕਿਹਾ। ਅੱਗੋਂ ਤੋਂ ਨਹੀਂ ਕਰਦੇ ਸਰ, ਅਸੀਂ ਇਕੱਠੇ ਬੋਲੇ, ਹੁਣ ਤੁਹਾਡੀ ਵਾਰੀ ਲਾਉਣੀ ਹੀ ਨਹੀਂ। ਦਿਆ ਸਾਗਰ ਬੋਲਿਆ, ਫਿਰ ਸਾਡੀ ਵਾਰੀ ਕਿੱਥੇ ਹੋਵੇਗੀ? ਅਸੀਂ ਪੁੱਛਿਆ। 2 ਹਫ਼ਤੇ ਤੁਸੀਂ ਦੋਵਾਂ ਨੇ ਕਮਰੇ ਸਾਫ਼ ਕਰਨੇ ਧੋਣੇ ਹਨ। ਮਾਸਟਰ ਦਿਆ ਸਾਗਰ ਨੇ ਹੁਕਮ ਸੁਣਾ ਦਿੱਤਾ। ਬਸ ਫਿਰ ਕੀ ਸੀ, ਮੈਂ ਅਤੇ ਮੱਕੂ ਝਾੜੂ ਚੁੱਕ ਕੇ ਪਹਿਲਾਂ ਕਮਰੇ ਸਾਫ਼ ਕਰਦੇ, ਗੋਡਿਆਂ ਤੀਕਰ ਪਜਾਮੇ ਚਾੜ ਕੇ ਪਾਈਪ ਨਾਲ ਕਮਰੇ ਧੋਂਦੇ, ਮੇਜ਼ ਕੁਰਸੀ ਰੱਖਦੇ, ਬੋਰਡ ਸਾਫ਼ ਕਰਦੇ, ਟੇਢੀ ਤਾਰੀਖ ਪਾਉਂਦੇ, ਚਾਕ ਰੱਖਦੇ। ਸਾਰੀ ਕਲਾਸ ਸਾਡੇ ਵੱਲ ਦੇਖ ਦੇਖ ਕੇ ਹੱਸਦੀ। ਉਹ ਗੱਲਾਂ ਭਾਵੇਂ ਆਪਣੀਆਂ ਹੀ ਕਰਦੇ ਹੁੰਦੇ ਸਨ, ਪਰ ਸਾਨੂੰ ਲੱਗਦਾ ਸਾਡੀ ਦਹੀਂ ਗਰਮ ਕਰਨ ਵਾਲੀ ਗੱਲ ਕਰਕੇ ਹੱਸਦੇ ਹੋਣਗੇ। ਮੱਕੂ ਮੈਨੂੰ ਕਹਿੰਦਾ, ਹਰੀ ਆਪਾਂ ਉਹ ਕੰਮ ਕੀਤਾ ਜੋ ਕਦੀ ਕਿਸੇ ਨੇ ਨਹੀਂ ਕੀਤਾ ਹੋਣਾ, ਨਾ ਹੀ ਕਦੇ ਕੋਈ ਕਰੂਗਾ। ਅਸੀਂ ਦੋਵੇਂ ਤਾੜੀ ਮਾਰ ਮਾਰ ਹੱਸ ਪੈਂਦੇ ਸਾਂ। ਪਤਾ ਨਹੀਂ ਸਾਡੀ ਅਕਲ ਕਿੱਥੇ ਘਾਹ ਚਰਨ ਗਈ ਸੀ। ਭੋਰਾ ਵੀ ਨਹੀਂ ਸੋਚਿਆ ਕਿ ਦਹੀਂ ਨੂੰ ਵੀ ਕੋਈ ਗਰਮ ਕਰਦਾ ਹੈ। ਰੋਟੀ ਗਰਮ ਦੀ ਵਾਰੀ ਖੁੱਸਣ 'ਤੇ ਸਾਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਕਿੱਲਾ ਢਹਿ ਗਿਆ ਹੋਵੇ। ਸਾਨੂੰ ਯਾਦ ਆਉਂਦਾ ਕਿ ਅਸੀਂ ਕਿਵੇਂ ਚੀਨੀ ਦੇ ਫੱਕੇ ਮਾਰਦੇ ਹੁੰਦੇ ਸਾਂ, ਸੁਆਲੀਨ ਦੀਆਂ ਗੋਲੀਆਂ ਚੂਸਦੇ ਸਾਂ।
ਤੇ ਬੰਡਲ ਖੋਲ ਕੇ ਪਹਿਲਾਂ ਹੀ ਟੈਸਟਾਂ ਦੇ ਨੰਬਰ ਦੇਖ ਲੈਂਦੇ ਸਾਂ। ਇਹ ਕੋਈ ਘੱਟ ਸਹੂਲਤਾਂ ਸਨ? ਇਹ ਸਹੂਲਤਾਂ ਇੱਕੋ ਝਟਕੇ 'ਚ ਵਾਪਸ ਲੈ ਲਈਆਂ ਗਈਆਂ। ਅਸੀਂ ਮਾਸਟਰ ਦਇਆ ਸਾਗਰ ਦੀਆਂ ਨਜ਼ਰਾਂ ਵਿੱਚ ਹੌਲੇ ਪੈ ਗਏ ਸਾਂ। ਮੈਂ ਤੇ ਮੱਕੂ ਕਦੇ ਕਦੇ ਸੋਚਦੇ ਕਿ ਹੁਣ ਹੋਰ ਮੁੰਡੇ ਚੀਨੀ ਦੇ ਫੱਕੇ ਮਾਰਦੇ ਹੋਣਗੇ। ਅਸੀਂ ਤਾਂ ਡਰਦੇ ਮਾਰੇ ਰੋਟੀ ਗਰਮ ਕਰਨ ਵਾਲੇ ਮੁੰਡਿਆਂ ਕੋਲ ਹੀ ਨਾ ਜਾਂਦੇ। ਦਹੀਂ ਵੀ ਸਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਗਰਮ ਕਰ ਸਕਦਾ। ਅਸੀਂ ਦੋਵੇਂ ਠਾਕਾਂ ਮਾਰ ਕੇ ਹੱਸ ਪੈਂਦੇ। ਹੁਣ ਪਤਾ ਨਹੀਂ ਮੱਕੂ ਕਿੱਥੇ ਹੋਵੇਗਾ। ਇਹ ਗੱਲਾਂ 1994-95 ਦੀਆਂ ਹਨ। ਹੁਣ ਮਾਸਟਰ ਦਇਆ ਸਾਗਰ ਹੋਰੀ ਮੇਰੇ ਚੇਤਿਆਂ ਵਿੱਚ ਆ ਜਾਂਦੇ। ਮੈਨੂੰ ਪੂਰਾ ਯਕੀਨ ਹੈ ਉਹ ਜਦੋਂ ਵੀ ਮੈਨੂੰ ਮਿਲਣਗੇ ਤਾਂ ਜ਼ਰੂਰ ਪੁੱਛਣਗੇ, ਉਹ ਦਹੀਂ ਵੀ ਕਿਸੇ ਨੇ ਕਦੇ ਗਰਮ ਕੀਤੀ ਹੈ? ਧੰਨਵਾਦ।